Instagram e mi sono venuto per la parola incoraggiata la tua storia non c'è il canale vai da blog e sono un combo mille e sono un combo mille e si colano che e poi io ricordo con le mie piste e avevo e c'è le piste con le mie ਉਹ ਸ਼ਹਿਜ਼ਾਦ ਸਾਹਿਬ ਆਪਣਾ ਕੰਮ ਕਰਨ ਦੇ ਦੇਣੇ ਠੀਕ ਹੈ ਐ ਵੇਖੋ ਸ਼ਹਿਜ਼ਾਦ ਸਾਹਿਬ ਤਿਆੜੀ ਲਾਉਂਦੇ ਨੇ ਪੀਸ ਨੂੰ ਫਾਈਨਲ ਸਿਲਾਈ ਜਿਹੜੀ ਐਂਡ ਵਾਲੀ ਸਿਲਾਈ ਇਹਨੂੰ ਤਿਆੜੀ ਕਹਿੰਦੇ ਨੇ ਲੋ ਜੀ ਵੇਖੋ ਜੀ ਆ ਪੀਸ ਤਿਆਰ ਹੋ ਜਾਵੇ ਐ ਸ਼ਹਿਜ਼ਾਦ ਸਾਹਿਬ ਤੁਸੀਂ ਉੱਤੇ ਰੱਖ ਦਿਓ ਹਾਂਜੀ ਜਿੱਥੇ ਮਰਜ਼ੀ ਰੱਖ ਲਓ ਭਾਵੇਂ ਉੱਤੇ ਰੱਖ ਲਓ ਥੱਲੇ ਰੱਖ ਲਓ ਕਾਰੀਗਰ ਆਸੇ ਹੁੰਦਾ ਕਿੰਨੇ ਕਾਰੀਗਰ ਨੇ ਬਣਾਇਆ ਜੇ ਕੋਈ ਅਲਟਾ ਉਲਟਾ ਨਿਕਲੇ ਤੇ ਸਹੀ ਹੈ ਸਾਡਾ ਕੰਮ ਖੁੱਲ ਗਿਆ ਇਹ ਅਸੀਂ ਪੀਸ ਖੋਲ ਲੈਣੇ ਠੀਕ ਹੈ ਅਤੇ ਇਹ ਭਾਈ ਤੀਰੇ ਕੱਚ ਕਰਦੀ ਆ ਸਮਾਨ ਲੈ ਆਪਣੇ ਪੈਕਾਂ ਪਈ ਨਹੀਂ ਜਾਂਦੇ ਠੀਕ ਹੈ ਇਹ ਅਸੀਂ ਕੰਮ ਖੋਲ ਲਿਆ ਚੱਲ ਮੈਂ ਫਲਾਪਾਂ ਨੂੰ ਸਮਾਧ ਲਾਉਣ ਦਿਆ ਵਾ ਉਹਦਾ ਫਲਾਪ ਲੱਗਦਾ ਉੱਤੇ ਪੀਸ ਉੱਤੇ ਇਹਨਾਂ ਨੂੰ ਸਮਾਧ ਲਾਉਂਦੇ ਨਾ ਘੁੱਟਿਆ ਜਾਣਾ ਮੈਂ ਜੀ ਮੈਂ ਫਲਾਪ ਘੁੱਟਾ ਦਿਆਂ ਦਵਾਂ ਇਹ ਸਿਲਾਈਆਂ ਲੱਗਣ ਦੇ ਦੀ ਜੀ ਹੁਣ ਇਹ ਸਿਲਾਈਆਂ ਲਾਉਂਦੇ ਨਾ ਚੁਰਨ ਦੇ ਦੇ ਨੇ ਇਹ ਸਾਡੀ ਬੈਗ ਜੁੜਦੀ ਪਈ ਥੱਲਿਓ ਸਾਡੀ ਨਾ ਇਹ ਸਾਡੀ ਥੱਲਿਓ ਬੈਗ ਜੁੜਨ ਦੇ ਦੀ ਹੈ ਮੈਂ ਹੁਣ ਇੱਥੋਂ ਕੱਚਿਆ ਕਰਕੇ ਨਾ ਅਤੇ ਇਹਦੇ 'ਤੇ ਇਹ ਲਈ ਸਿਲਾਈ ਇਸ ਪੀਸ 'ਤੇ ਲਾਉਣੀ ਹੈ ਅਤੇ ਫਿਰ ਸਾਡੀ ਬੈਗ ਦਾ ਤੀਰਾ ਲੱਗਣਾ ਲਾਰਾ ਜੀ ਹੈਗਾ ਉਹ ਆ ਤਲਪਾ ਹੋਣੀ ਵੀ ਆਪਣੇ ਫਲਾਪ ਕੁੱਟਦੇ ਨੇ ਫਿਰ ਠੀਕ ਹੈ ਉਹ ਵੇਖੋ ਜੀ ਇੰਜ ਫੋਲਡਿੰਗ ਹੁੰਦੀ ਹੈ ਇੰਜ ਫੋਲਡਿੰਗ ਹੁੰਦੀ ਹੈ ਇੰਜ ਅਸੀਂ ਫੋਲਡ ਕਰਨੇ ਆ ਲੈਦਰ ਸਾਡਾ ਕੰਮ ਜੇ ਇੰਜ ਅਸੀਂ ਕੰਮ ਕਰਨੇ ਆ ਅਤੇ ਇਹ ਵੇਖੋ ਇਹ ਉਹਨਾਂ ਨੇ ਪੀਸ ਖੋਲੇ ਦੇ ਨੇ ਇਹ ਪੀਸ ਖੋਲੇ ਦੇ ਨੇ ਇਹ ਪੱਟੀਆਂ ਕੁੱਟੀਆਂ ਨੇ ਜਿਹੜੀਆਂ ਸਾਈਡ 'ਤੇ ਲੱਗਣੀਆਂ ਨੇ ਨਹੀਂ ਆਹ ਬੈਲਟ ਨੇ ਥੱਲੇ ਲੱਗਣ ਵਾਲੇ ਬੈਲਟ ਨੇ ਘੇੜੇ 'ਤੇ ਲੱਗਣੇ ਨੇ ਅਤੇ ਇਹ ਪੀਸ ਤਿਆਰ ਹੈ ਇਹ ਉਹ ਆ ਸਕਦੇ ਆ ਇੰਜ ਘੇੜੇ 'ਤੇ ਲੱਗਣੇ ਨੇ ਇੰਜ ਇਹ ਪੀਸ ਤਿਆਰ ਹੋਣਾ ਜਿਹੜਾ ਉਹ ਕਰਨ ਦੇ ਦੇ ਨੇ ਬੈਗ ਸਾਡੀ ਨੂੰ ਇਹ ਸਿਲਾਈਆਂ ਲੱਗੀਆਂ ਨੇ ਤੁਸੀਂ ਕਰਾਂ ਇਹ ਵੀ ਸਿਲਾਈ ਲੱਗ ਗਈ ਨੇ ਬੈਗ ਦਾ ਸਾਡਾ ਇੰਨਾ ਕੰਮ ਹੋ ਗਿਆ ਫਲਾਪ ਕੁੱਟਿਆ ਸੀ ਹਫ਼ਤੇ ਲੱਗਦਾ ਪਿਆ ਇਹ ਸਾਡੇ ਫਰੰਟ ਤਿਆਰ ਹੁੰਦੇ ਨੇ ਪਏ ਇਹ ਫਰੰਟਾਂ ਦੀ ਦਿਹਾੜੀ ਦਾ ਕੰਮ ਸ਼ੁਰੂ ਹੋ ਗਿਆ ਸਾਡਾ ਹੋਰੀ ਕਿਹੜਾ ਕੰਮ ਕਰਦੇ ਜੇ ਭਾਈ ਹੋਰੀ ਇਹ ਪੀਸ ਤਿਆਰ ਕਰਦੇ ਨੇ ਪਿਆ ਠੀਕ ਹੈ ਇਹ ਸਾਡਾ ਅੱਧਾ ਫਰੰਟ ਤਿਆਰ ਹੁੰਦਾ ਪਿਆ ਅਤੇ ਇਹ ਲੱਗਦੇ ਨੇ ਪਏ ਉਹਦੇ ਉੱਤੇ ਇਹ ਵਿੱਚ ਇੰਜ ਲੱਗਦੇ ਨੇ ਪਏ ਇੰਜ ਲੱਗਦੇ ਨੇ ਪਏ ਉਹ ਪੀਸ ਰੱਖਿਆ ਮਸ਼ੀਨ 'ਚ ਅਤੇ ਲਾਉਂਦੇ ਜੀ ਭਾਈ ਹੋਰੀ ਬੰਦੇ ਆ ਕੇ ਬੰਦ ਕਰ ਦੇਣਗੇ ਇਹ ਜੀ ਇਹ ਲੱਗ ਗਿਆ ਮਨ ਹੋ ਗਿਆ ਭਾਈ ਹੋਰ ਮੈਨੂੰ ਇਹ ਪੀਸ ਉਲਟਾਵਾਂ ਲਾਉਂਦੇ ਨੇ ਵੱਡਾ ਇਹ ਪੀਸ ਲੱਗਦਾ ਪਿਆ ਹੁਣ ਇਹ ਤਾਂ ਮੈਂ ਪੈਰ ਦੀ ਸਿਲਾਈ ਲਵਾਂਗਾ ਅਤੇ ਉਹਨਾਂ ਦਾ ਡੈਗ ਖਰਾਬ ਹੋਇਆ ਤਾਂ ਉਹ ਡੈਗ ਸਹੀ ਕਰ ਦੇਣੇ ਪਏ ਉਹਨਾਂ ਦਾ ਮਿਊਜ਼ਿਕ ਖਰਾਬ ਹੋਇਆ ਤਾਂ ਸਾਡਾ ਫਰੰਟ ਆ ਹੁਣ ਇਹਦੇ ਫਰੰਟ ਦੇ ਦੋ ਪੀਸ ਲੱਗਣੇ ਨੇ ਇਹ ਸਾਈਡ 'ਤੇ ਹੁਣ ਪੱਟੀ ਲੱਗਣੀ ਅਤੇ ਉੱਤੇ ਪੀਸ ਲੱਗਣਾ ਦੋ ਪੀਸ ਰਹਿ ਗਏ ਨੇ ਸਾਡਾ ਫਰੰਟ ਤਿਆਰ ਹੋ ਗਿਆ ਦੋ ਪੀਸ ਲੱਗਣਾ ਰਹਿ ਗਏ ਨੇ ਹੁਣ ਸਾਡਾ ਫਰੰਟ ਬਾਕੀ ਤਿਆਰ ਹੋ ਗਿਆ ਠੀਕ ਹੈ ਸਾਡੀ ਪੱਟੀ ਨੂੰ ਵੀ ਸਿਲਾਈ ਲੱਗਣ ਲੱਗੀ ਹੈ ਇਸ ਤੋਂ ਬਾਅਦ ਸਾਡਾ ਫਰੰਟ ਤਿਆਰ ਹੋਣ 'ਚ ਇੱਕ ਪੀਸ ਰਹਿ ਜਾਏਗਾ ਉਹ ਇੱਥੇ ਜੁੜਨਾ ਬਸ ਉੱਤੇ ਵੀ ਜੁੜਨਾ ਇੱਕ ਪੀਸ ਸਾਡਾ ਫਰੰਟ ਤਿਆਰ ਹੋ ਗਿਆ ਇਹ ਲਓ ਜੀ ਹੁਣ ਅਸੀਂ ਸਿਲਾਈ ਦੇ ਨਾਲ ਜੋੜ ਲਵਾਂਗੇ ਜੇ ਇਹ ਲਾ ਪੀਸ ਉੱਤੇ ਇਹ ਜੋੜਾਂਗੇ ਇਹ ਜੋੜਨ ਤੋਂ ਬਾਅਦ ਫਿਰ ਸਾਡਾ ਫਰੰਟ ਤਿਆਰ ਹੋ ਜਾਏਗਾ ਇਹ ਲਾਇਆ ਇਹ ਉਤਲੇ ਪੀਸ ਲੱਗਣ ਤੋਂ ਬਾਅਦ ਇਹ ਵਾਲੇ ਪੀਸ ਲੱਗਣ ਤੋਂ ਬਾਅਦ ਇਹ ਸਾਡਾ ਫਰੰਟ ਤਿਆਰ ਹੋ ਗਿਆ ਇੱਕ ਸੱਜਾ ਅਤੇ ਇੱਕ ਖੱਬਾ ਇਹ ਜੋੜਾ ਤਿਆਰ ਹੋ ਗਿਆ ਸਾਡਾ ਫਰੰਟਾਂ ਦਾ ਯਾਨੀ ਕਿ ਇੱਕ ਪੀਸ ਨੂੰ ਲੱਗਣੇ ਨੇ ਇਹ ਦੋਵੇਂ ਫਰੰਟ ਇੱਕ ਸੱਜੀ ਸਾਈਡ ਇੱਕ ਖੱਬੀ ਸਾਈਡ ਇਹ ਤਿਆਰ ਹੋ ਗਏ ਨੇ ਸਾਡੇ ਇਹ ਤੀਰਾ ਲੱਗ ਕੇ ਉੱਤੇ ਆ ਸਾਡੀ ਬੈਕ ਵੀ ਤਿਆਰ ਹੋ ਗਈ ਹੈ ਉੱਥੇ ਤੀਰਾ ਲੱਗ ਕੇ ਆ ਪੀਸ ਰਹਿਣ 'ਤੇ ਲੱਗਣਾ ਇਹ ਸਾਡੀ ਬੈਕ ਹੁਣ ਸਾਰੀ ਤਿਆਰ ਹੋ ਗਈ ਹੈ ਜੋਰਾ ਫਰੰਟਾਂ ਦਾ ਹੋਇਆ ਸੀ ਇਹ ਹੁਣ ਸਾਡੀ ਹੈ ਬੈਕ ਵੀ ਸਾਡੀ ਤਿਆਰ ਹੋ ਗਈ ਹੈ ਸਿਰਫ ਇਹ ਪੱਟੀ ਕੁੱਟ ਗਿਆ ਸਾਈਡ ਤੋਂ ਉਹਦੇ 'ਤੇ ਲੱਗ ਜਾਏਗੀ ਅਤੇ ਇਹ ਸਾਡੇ ਫਰੰਟ ਤਿਆਰ ਹੋਏ ਪਏ ਨੇ ਇਹ ਫਰੰਟ ਤਿਆਰ ਕਰ ਲਏ ਦੇ ਨੇ ਸੀ ਸਾਰੇ ਲਓ ਜੀ ਅਸਰ ਅਸੀਂ ਖੋਲ ਲਿਆ ਇਹ ਤੈਅ ਲਾ ਕੇ ਸਵਾਰਾ ਸੂਰਾ ਕਰਕੇ ਨਾ ਉੱਤੋਂ ਥੱਲੇ ਬਰਾਬਰ ਕਰਕੇ ਅਤੇ ਹੁਣ ਅਸੀਂ ਇਹ ਬੋਨ ਦਾ ਨਿਸ਼ਾਨ ਲਾਇਆ
लो जी मैं जरा फ्रंट ऑन मोस्टर चलना पे मैं फ्रंट ऑन मोस्टर चढ़ गया मैं सर चढ़ गया फ्रंट ऑन मैं फ्रंट ऑन मोस्टर चढ़ गया है जी सर चढ़ गया फ्रंट ऑन मैं फ्रंट ऑन मोस्टर चढ़ गया तो चलो भाई बैक ऑन मोस्टर चढ़न दे देना अब बैक ऑन मोस्टर चढ़दा पे बैक नो सर चलो उस चढ़न तो बाद सैड आई गुलाइया के टुके लाने तो बाद हूँ कद लगा जी सैड यह सैड करते हैं दो भी पट्टियां एक जसियाँ रख के ना आपस सीधिया रख के सैड सैड की सिलाई निकल गई है साड़ी सैड निकल गई है हूँ साढ़े इतों पैर की सिलाई ना साडा अस्तर बंद हो जाएगा बंद होकर फिर सिलाई लग जाएगी साड़ी सैड सिलाई मुकम्मल हो जाएगी बाद चो फिर साडा कंधा लगेगा लगनों बाद कंधा लगता पाया कंधे में जरा कंधे में जरा पैर की सिलाई ला दिया तो मैं कंधे में पैर की सिलाई ला पैर की सिलाई लग जो उल्टेगा और फिर ओपन तो रह जाएगा चल लग के देखो जी यह साडा पीस उल्ट के सीधा हो गया ठीक है तो यह हूँ इतने रख के तैयारी लगेगी अस्तर की लाभ अंदर रख के साड़ी हूँ तैयारियां लगन गई साड़ियाँ साडा पीस तैयारी लग के फिर तैयार हो जाएगा आखिरी जी तैयारी सिलाई असं कहने वो आखिरी सिलाई साड़ी फाइनल की होंगी है तो तैयारी सिलाई कहने जी लगन दे दीजिए पीस में तैयारी ओपन पीस में तैयारी की सिलाई लगती है ठीक है हूँ तो एक ओपन मशीन च लगन दी तो एक ओपन साड़ी यह लगी पे जी जे वे यह सारा पीस तैयार हो गया ठीक है ऐसी जी ब्लॉग साढ़े काम की रूटीन अगर तुम्हें पसंद है तो चैनल में लाइक सब्सक्राइब जरूर करेगा ब्लॉग से इंशाल्लाह नहीं चाहिए इंशाल्लाह।